ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਹੋਏ ਟ੍ਰਿਪਲ ਮਰਡਰ ਨੂੰ ਹੁਸ਼ਿਆਰਪੁਰ ਪੁਲਿਸ ਨੇ 24 ਘੰਟੇ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਿਸ ਆਰੋਪ ਵਿੱਚ ਪੁਲਿਸ ਨੇ ਮਰਨ ਵਾਲੇ ਦੀ ਬੇਟੀ ਨੂੰ ਹਿਰਾਸਤ ਵਿੱਚ ਲਿਆ, ਜਿਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਅਤੇ ਦੋ ਰਿਸ਼ਤਿਆਂ ਵਿੱਚ ਮੂੰਹ ਬੋਲੀਆਂ ਭੈਣਾਂ ਦਾ ਕਤਲ ਕਰ ਦਿੱਤਾ, ਜਦਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਸਲ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਨੇ। ਇਹ ਜੋ ਲੜਕੀ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਸਦਾ ਨਾਮ ਰਮਨਦੀਪ ਕੌਰ ਹੈ, ਜੋ ਕਿ ਸਿਕਰੀ ਦੀ ਰਹਿਣ ਵਾਲੀ ਹੈ। ਮਾਸੂਮ ਚਿਹਰੇ ਵਿੱਚ ਦਿਖਣ ਵਾਲੀ ਇਹ ਸ਼ਾਤਿਰ ਲੜਕੀ ਨੇ ਆਪਣੇ ਵਿਆਹ ਵਿੱਚ ਰੋੜਾ ਬਣ ਰਹੇ ਆਪਣੇ ਪਿਤਾ ਨੂੰ ਰਸਤੇ ਵਿੱਚੋਂ ਹਟਾਉਣ ਲਈ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਨੂੰ ਮੌਤ ਦੇ ਘਾਟ ਉਤਾਰਨ ਦੀ ਸਾਜ਼ਿਸ਼ ਰਚ ਦਿੱਤੀ, ਜਿਹਦੇ ਚਲਦਿਆਂ ਪ੍ਰੇਮੀ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਮਲਜੀਤ ਸਿੰਘ ਅਤੇ ਦੋਨਾਂ ਲੜਕੀਆਂ ਦਾ ਕਤਲ ਕਰ ਦਿੱਤਾ ਅਤੇ ਲਾਸ਼ਾਂ ਨੂੰ ਖੁਰਦਬੁਰਦ ਕਰਨ ਲਈ ਟਾਂਡਾ ਹਲਕੇ ਵਿੱਚ ਬਿਆਸ ਦਰਿਆ ਕੋਲ ਸੁੱਟ ਦਿੱਤਾ। ਰਮਨਦੀਪ ਨੇ ਆਪਣੇ ਬਿਆਨ ਵਿੱਚ ਪੁਲਿਸ ਕੋਲ ਮੰਨਿਆ ਕਿ ਪਿਤਾ ਵਿਆਹ ਵਿੱਚ ਰੋੜਾ ਬਣੀ ਖੜਾ ਸੀ, ਜਿਸ ਨੂੰ ਰਸਤੇ ਵਿੱਚੋਂ ਹਟਾਉਣ ਲਈ ਇਹ ਸਾਜ਼ਿਸ਼ ਰਚੀ ਗਈ। ਪੁਲਿਸ ਮੁਤਾਬਿਕ ਕਮਲਜੀਤ ਸਿੰਘ ਦਾ ਚਾਲ ਚਲਨ ਚੰਗਾ ਨਹੀਂ ਸੀ ਅਤੇ ਅਕਸਰ ਘਰ ਵਿੱਚ ਸਾਰਿਆਂ ਨਾਲ ਦੁਰਵਿਵਹਾਰ ਅਤੇ ਮੰਦੀ ਭਾਸ਼ਾ ਦਾ ਇਸਤੇਮਾਲ ਕਰਦਾ ਸੀ। ਕਮਲਜੀਤ ਸਿੰਘ ਦੀਆਂ ਐਕਟੀਵਿਟੀਜ਼ ਨੇ ਔਰ ਕਮਲਜੀਤ ਸਿੰਘ ਖੁਦ ਆਪ ਇਹਨਾਂ ਦੀ ਮੈਰਿਜ ਨੂੰ ਜਿਹੜਾ ਸਿਰੇ ਨਹੀਂ ਚੜਨ ਦਾ। ਕਮਲਜੀਤ ਸਿੰਘ ਖਡੂਰ ਸਾਹਿਬ ਦੋ ਲੜਕੀਆਂ ਨੂੰ ਲੈ ਕੇ ਗਿਆ, ਇਹਨਾਂ ਦੇ ਘਰ ਚਲੇ ਗਿਆ, ਕਿਉਂਕਿ ਇਹਦੇ ਗੋਪੀ ਦੇ ਫਾਦਰ ਦਰਸ਼ਨ ਸਿੰਘ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ। ਉਹਨੇ ਦਰਸ਼ਨ ਸਿੰਘ ਨੂੰ ਰਿਕੁਐਸਟ ਕੀਤੀ ਵੀ ਮੈਨੂੰ ਇੱਕ ਕਮਰਾ ਲੈ ਦਿਓ, ਮੈਂ ਰਾਤ ਇੱਥੇ ਰਹਿਣਾ। ਗੋਪੀ ਜੀ ਦੇ ਮਨ ਦੇ ਵਿੱਚ ਪਹਿਲਾਂ ਹੀ ਰਮਨਦੀਪ ਨਾਲ ਗੱਲ ਕਰਕੇ ਜਿਹੜੀ ਮੈਲਾਫਾਈਡ ਇੰਟੈਂਸ਼ਨ ਸੀਗੀ ਉਹ ਸੀ, ਉਹਨੇ ਇਹਨੂੰ ਕਮਲਜੀਤ ਸਿੰਘ ਨੂੰ ਕਿਹਾ ਵੀ ਤੁਹਾਨੂੰ ਕਮਰਾ ਮੈਂ ਦਵਾ ਦਿੰਦਾ। ਇਹਨੂੰ ਬਾਹਰ ਲੈ ਗਿਆ, ਅਣਪਛਾਤੇ ਬੰਦੇ ਉਹਦੇ ਨਾਲ ਸੀ, ਉਹਨੇ ਕਿਸੇ ਅਣਦੱਸੀ ਥਾਂ 'ਤੇ ਲਿਜਾ ਕੇ ਇਹਨੂੰ ਕਮਲਜੀਤ ਸਿੰਘ ਨੂੰ ਵੀ ਅਤੇ ਦੋਨੇ ਲੜਕੀਆਂ ਨੂੰ ਮਰਡਰ ਕਰ ਦਿੱਤਾ। ਲੜਕੀ ਜਿਹੜੀ ਰਮਨਦੀਪ ਕੌਰ ਆ, ਇਹਦਾ ਕੰਸੈਂਟ ਨਾਲ ਸੀ ਐਂਡ ਸ਼ੀ ਨਿਊ ਆਫ ਐਵਰੀਥਿੰਗ। ਉਹ ਅਰੈਸਟ ਹੋ ਚੁੱਕੀ ਆ, ਉਹਨੇ ਸਾਰਾ ਕੁਝ ਕਨਫੈਸ ਕਰ ਲਿਆ। ਔਰ ਗੁਰਪ੍ਰੀਤ ਸਿੰਘ ਗੋਪੀ ਦੀ ਜਿਹੜੀ ਅਰੈਸਟ ਹੈ ਬਾਕੀ ਹੈ। ਗੁਰਪ੍ਰੀਤ ਸਿੰਘ ਗੋਪੀ ਦੀ ਅਰੈਸਟ ਤੋਂ ਬਾਅਦ ਕਾਫੀ ਖੁਲਾਸੇ ਹੋਣ ਦੀ ਸੰਭਾਵਨਾ। ਇਹ ਜਿਹੜੀ ਮਰਡਰ ਮਰਡਰ ਕਿਤੇ ਹੋਰ ਕੀਤਾ ਗਿਆ ਜੀ, ਅਤੇ ਲਾਸ਼ਾਂ ਮੁੜ ਕੇ ਜ਼ੈਨ ਕਾਰ ਦੇ ਵਿੱਚ ਪਾ ਕੇ ਰੜੇ ਲੱਗ ਗਏ, PS ਟਾਂਡਾ ਦੇ ਵਿੱਚ ਛੱਡ ਦਿੱਤੀਆਂ ਗਈਆਂ। ਅਸਲ ਜਿਹੜੀ ਪਲੇਸ ਆਫ ਅਕਰੰਸ ਹੈਗੀ ਆ ਉਹ ਗੁਰਪ੍ਰੀਤ ਗੋਪੀ ਦੀ ਅਰੈਸਟ ਤੋਂ ਬਾਅਦ ਪਤਾ ਲੱਗਿਆ।